ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਮੇਂ ਸਮੇਂ 'ਤੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ, ਉਹਨਾਂ ਨੂੰ ਖੇਤੀਬਾੜੀ ਸੰਬੰਧੀ ਨਵੀਆਂ ਖੋਜਾਂ, ਨਵੇਂ ਬੀਜਾਂ ਦੀ ਖੋਜ ਦੇ ਸੰਬੰਧੀ, ਨਵੀਆਂ ਫਸਲਾਂ ਦੀ ਖੋਜ ਦੇ ਸੰਬੰਧੀ ਅਤੇ ਨਵੇਂ ਨਵੇਂ ਉਤਪਾਦਾਂ ਦੀ ਜਾਣਕਾਰੀ ਦੇ ਸੰਬੰਧੀ ਕਿਸਾਨਾਂ ਨੂੰ ਅਗਾਊਂ ਸੂਚਨਾ ਦਿੰਦੀ ਹੈ। ਸੂਚਨਾ ਦੇ ਨਾਲ ਨਾਲ ਉਹ ਕਿਸਾਨਾਂ ਨੂੰ ਜਾਗਰੂਕ ਕਰਦੀ ਹੈ, ਜਾਗਰੂਕ ਕਰਦੇ ਨੇ ਇਹ ਕਿਸਾਨ ਮੇਲੇ। ਅੱਜ ਗੁਰਦਾਸਪੁਰ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਜਿਹੜੇ ਇੱਕ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ। ਕਿਸਾਨੀ ਬੇਸ਼ੱਕ ਅੱਜ ਕੱਲ੍ਹ ਬਹੁਤ ਔਖੇ ਦੌਰ ਦੇ ਵਿੱਚੋਂ ਗੁਜ਼ਰ ਰਹੀ ਹੈ, ਪਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਰ ਸਾਲ ਦੇ ਵਿੱਚ 2 ਵਾਰ ਜਿਹੜੇ ਉਹ ਕਿਸਾਨ ਮੇਲੇ ਲਗਾਏ ਜਾਂਦੇ ਨੇ ਪੰਜਾਬ ਦੇ ਵੱਖੋ ਵੱਖਰੇ ਜ਼ਿਲ੍ਹਿਆਂ ਦੇ ਵਿੱਚ। ਇਸ ਵਾਰ ਗੁਰਦਾਸਪੁਰ ਦੇ ਵਿੱਚ ਇਹ ਲੱਗ ਰਿਹਾ ਮੇਲਾ ਜਿਹੜਾ ਤੁਸੀਂ ਵੇਖ ਰਹੇ ਹੋ। ਇਸ ਮੇਲੇ ਦੇ ਲਈ ਉਚੇਚੇ ਤੌਰ 'ਤੇ ਉਪਰਾਲਾ ਕੀਤਾ ਸਰਦਾਰ ਅਮਰਦੀਪ ਸਿੰਘ ਚੀਮਾ, ਮੈਂਬਰ ਬੋਰਡ ਆਫ ਮੈਨੇਜਮੈਂਟ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਜਿਨ੍ਹਾਂ ਦੇ ਯਤਨਾਂ ਦੇ ਸਦਕਾ ਗੁਰਦਾਸਪੁਰ ਦੇ ਵਿੱਚ ਇਸ ਕਿਸਾਨ ਮੇਲੇ ਦੇ ਵਿੱਚ ਸਮੁੱਚੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ, ਡਾਕਟਰ ਸਾਹਿਬਾਨ ਔਰ ਇਲਾਕੇ ਦੇ ਨਹੀਂ ਪੂਰੇ ਪੰਜਾਬ ਦੇ ਸਫਲ ਕਿਸਾਨ ਵੀ ਪੁੱਜੇ ਨੇ। ਵੱਖੋ ਵੱਖਰੇ ਉਤਪਾਦਕਾਂ ਨੇ ਆਪਣੇ ਸਟਾਲ ਲਾਏ ਨੇ, ਬਹੁਤ ਸਾਰੀਆਂ ਕੰਪਨੀਆਂ ਨੇ ਖੇਤੀ ਸੰਦਾਂ ਬਾਰੇ ਅਤੇ ਖੇਤੀ ਉਤਪਾਦਾਂ ਬਾਰੇ ਜਾਣਕਾਰੀ ਦੇਣ ਦੇ ਲਈ ਆਪੋ ਆਪਣੇ ਸਟਾਲ ਸਥਾਪਿਤ ਕੀਤੇ ਹੋਏ ਨੇ। ਆਓ ਤੁਹਾਨੂੰ ਵੀ ਇਸ ਮੇਲੇ ਦੀ ਜਿਹੜੀ ਅਸੀਂ ਝਾਤ ਪਾਈਏ। ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਵਿੱਚ ਅੱਜ ਕਿਸਾਨ ਮੇਲੇ 'ਤੇ ਜਿੱਥੇ ਕਿਸਾਨ ਪੁੱਜੇ ਹੋਏ ਨੇ ਉੱਥੇ ਅਗਾਂਹ ਵਧੂ ਕਿਸਾਨਾਂ ਦੇ ਵਿੱਚ ਆਪਾਂ ਵੇਖ ਰਹੇ ਹਾਂ ਕਿ ਇਸ ਕਿਸਾਨ ਮੇਲੇ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਅਜਿਹੀਆਂ ਔਰਤਾਂ ਪੁੱਜੀਆਂ ਨੇ ਜਿਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਨੇ ਕਿੱਤਾ ਮੁਖੀ ਕੋਰਸਾਂ ਦੇ ਵਿੱਚ ਮਹਾਰਤ ਹਾਸਲ ਕੀਤੀ ਹੈ। ਸਰਦਾਰ ਅਮਰਦੀਪ ਸਿੰਘ ਚੀਮਾ ਜਿਨ੍ਹਾਂ ਦੀ ਬਦੌਲਤ ਇਹਨਾਂ ਨੇ ਭਾਵੇਂ ਉਹ ਪੋਲਿਸੀ ਦੀ ਗੱਲ ਹੋਵੇ ਜਾਂ ਆਪਣੇ ਸਵੈ ਜਿਹੜਾ ਕਿੱਤਾ ਅਪਣਾਇਆ ਇਹਨਾਂ ਨੇ ਉਹਦੇ ਸੰਬੰਧ ਦੇ ਵਿੱਚ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਮੈਡਮ ਸੰਤੋਸ਼ ਜੀ ਨੇ ਸਾਡੇ ਨਾਲ, ਮੈਡਮ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਇਸ ਪਾਸੇ ਵੱਲ ਕਿਵੇਂ ਆਏ ਅਤੇ ਅੱਜ ਤੱਕ ਤੁਸੀਂ ਕਿਹੜੀ ਕਿਹੜੀ ਪੋਲਿਸੀ ਕਰ ਚੁੱਕੇ ਹੋ, ਕਿੰਨੀਆਂ ਕਰ ਚੁੱਕੇ ਹੋ ਅਤੇ ਤੁਹਾਡੇ ਜਿਹੜੇ ਮੈਂਬਰ ਨੇ ਸਾਰੀਆਂ ਜਿੰਨੀਆਂ ਬੀਬੀਆਂ ਤੁਹਾਡੇ ਨਾਲ ਜੁੜੀਆਂ ਹੋਈਆਂ ਨੇ ਅਤੇ ਤੁਸੀਂ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਜਿਹੜੀ ਉਹ ਮਹਾਰਤ ਹਾਸਲ ਕੀਤੀ ਹੈ? ਮੇਰੀ ਰਾਣੀ ਚੰਦ ਲੇਡੀਜ਼ ਵੈਲਫੇਅਰ ਸੁਸਾਇਟੀ ਜੋ ਕਿ 2001-2002 ਤੋਂ ਕੰਮ ਕਰ ਰਹੀ ਹੈ ਔਰ ਮੇਰੇ ਨਾਲ ਕਾਫੀ ਜ਼ਿਆਦਾ ਮੈਂਬਰ ਮੇਰੇ ਨਾਲ ਲੇਡੀਜ਼ ਬਹੁਤ ਸਹਿਯੋਗ ਕਰ ਰਹੀਆਂ। ਮੈਂ ਇੱਕ ਨਹਿਰੂ ਯੁਵਾ ਕੇਂਦਰ ਦੇ ਵਿੱਚ ਵੋਕੇਸ਼ਨਲ ਇੰਚਾਰਜ ਸੀਗੀ ਔਰ ਉਹਦੇ ਵਿੱਚ ਕਿ ਸਾਡੇ ਵਾਈਸ ਚੇਅਰਮੈਨ ਚੀਮਾ ਸਾਹਿਬ ਆਏ ਔਰ ਉਹਨਾਂ ਦੀ ਬਦੌਲਤ ਅਸੀਂ 2010 ਤੋਂ ਔਰ 2011 ਤੋਂ ਲੈ ਕੇ ਅੱਜ ਤੱਕ ਇਹੀ ਜਿਹੜੀਆਂ ਲੜਕੀਆਂ ਵਾਸਤੇ ਸਵੈ ਰੁਜ਼ਗਾਰ ਵਾਸਤੇ ਹੀ ਕੰਮ ਕਰ ਰਹੇ ਹਾਂ।
ਜਿਹਦੇ ਵਿੱਚ ਅਸੀਂ ਰਾਜੀਵ ਗਾਂਧੀ ਮਹਿਲਾ ਮੰਡਲ 120 ਪਿੰਡਾਂ ਵਿੱਚ ਬਣਾਏ ਔਰ ਜਿਹਦੇ ਵਿੱਚ 3000 ਤੋਂ ਵੱਧ ਜਿਹੜੀਆਂ ਔਰਤਾਂ ਕੰਮ ਕਾਜ ਕਰ ਰਹੀਆਂ, ਜਿਹਦੇ ਵਿੱਚ ਅਸੀਂ ਵੱਖ ਵੱਖ ਤਰ੍ਹਾਂ ਦੇ ਕਿੱਤੇ ਹੈਗੇ ਆ, ਅਲੱਗ ਅਲੱਗ ਵਿਸ਼ੇ 'ਤੇ ਅਸੀਂ ਜਿੱਦਾਂ ਪਿੰਡਾਂ ਦੇ ਵਿੱਚ ਅਵੇਅਰਨੈਸ ਕੈਂਪ ਵੀ ਲਗਾਉਂਦੇ ਹਾਂ ਔਰ ਉਹਦੇ ਵਿੱਚ ਜਿਸ ਤਰ੍ਹਾਂ ਸਿਲਾਈ ਕਢਾਈ ਦੇ ਕੋਰਸ, ਬਿਊਟੀਸ਼ਨ ਦੇ ਕੋਰਸ, ਵੱਖ ਵੱਖ ਤਰ੍ਹਾਂ ਦੇ ਅਚਾਰ ਮੁਰੱਬੇ ਬਣਾਉਣੇ ਜੋ ਕਿ ਅਮਰਦੀਪ ਸਿੰਘ ਚੀਮਾ ਸਾਹਿਬ ਨੇ ਸਾਨੂੰ ਮਤਲਬ ਕਿ ਰਾਹ ਦਿਖਾਇਆ ਔਰ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਵੱਖ ਵੱਖ ਤਰ੍ਹਾਂ ਦੀਆਂ ਟ੍ਰੇਨਿੰਗਾਂ ਲਗਵਾ ਕੇ ਔਰ ਲੜਕੀਆਂ ਨੂੰ ਟ੍ਰੇਨਿੰਗ ਦਿੱਤੀ ਜਿਹਦੇ ਵਿੱਚ ਲੜਕੀਆਂ ਆਪਣੇ ਟ੍ਰੇਨਿੰਗ ਕਰਕੇ ਔਰ ਵੱਖ ਵੱਖ ਤਰ੍ਹਾਂ ਦੇ ਆਪਣੇ ਸਵੈ ਰੁਜ਼ਗਾਰ ਮੁਹੱਈਆ ਕਰ ਰਹੀਆਂ, ਜਿਵੇਂ ਅਲੱਗ ਅਲੱਗ ਪਿੰਡਾਂ ਦੇ ਵਿੱਚ ਗਰੁੱਪ ਬਣਾ ਕੇ ਸੇਵੀਆਂ ਵੱਟਣ ਦਾ ਕੰਮ ਲੋਕਲ ਲੈਵਲ 'ਤੇ ਕਰ ਰਹੀਆਂ ਔਰ ਅਚਾਰ ਮੁਰੱਬਾ ਬਣਾ ਕੇ ਵੱਖ ਵੱਖ ਤਰ੍ਹਾਂ 'ਤੇ ਸੇਲ ਕਰਕੇ ਔਰ ਜਿਵੇਂ ਯੁਵਾ ਕ੍ਰਿਤੀ ਵੱਖ ਵੱਖ ਸ਼ਹਿਰਾਂ ਦੇ ਵਿੱਚ ਔਟੋ ਸਟੇਸ਼ਨਾਂ 'ਚ ਵੱਖ ਵੱਖ ਮੇਲੇ ਲੱਗਦੇ ਆ, ਉਹਦੇ ਵਿੱਚ ਮਤਲਬ ਕਿ ਆਪਣਾ ਜੋ ਸਮਾਨ ਬਣਾਇਆ ਹੁੰਦਾ ਉਹਨੂੰ ਸੇਲ ਕਰਦੀਆਂ ਨੇ, ਸੇਲ ਪਰਚੇਜ ਕਰਕੇ ਆਪਣਾ ਰੋਜ਼ੀ ਰੋਟੀ ਕਮਾ ਰਹੀਆਂ ਨੇ। ਮੈਂ ਅਮਨਦੀਪ ਕੌਰ ਪਿੰਡ ਸਤਕੋਹਾ ਦੀ ਹਾਂ। ਰਾਜੀਵ ਗਾਂਧੀ ਮਹਿਲਾ ਮੰਡਲ ਸਵੈ ਰੁਜ਼ਗਾਰ ਵਾਸਤੇ ਮੈਂ ਆਪਣਾ ਮਹਿਲਾ ਮੰਡਲ ਚਲਾਉਂਦੀ ਹਾਂ, ਜਿਹਦੇ ਵਿੱਚ ਕਿ 20 ਮੈਂਬਰ ਨੇ ਔਰ ਉਹਨਾਂ ਮੈਂਬਰਾਂ ਨੂੰ ਮੈਂ ਕੋਟੀਆਂ ਸਵੈਟਰ ਜਿਹੜੇ ਕਿ ਅਸੀਂ ਹੱਥ ਨਾਲ ਬੁਣਦੇ ਹਾਂ ਨਾ ਕਿ ਮਸ਼ੀਨਾਂ ਤੋਂ ਬਗੈਰ ਹੱਥ ਨਾਲ ਬੁਣਦੇ ਹਾਂ, ਉਹਨਾਂ ਦੀ ਸੇਲ ਕਰਦੇ ਹਾਂ ਔਰ ਕੋਈ ਆਪਣੀ ਉੱਨ ਵੀ ਦੇ ਕੇ ਕਰ ਲੈਂਦਾ ਔਰ ਅਸੀਂ ਆਪਣੀ ਖੁਦ ਉੱਨ ਲੈ ਕੇ ਵੀ ਬਣਵਾ ਕੇ ਉਹ ਸੇਲ ਕਰਦੇ ਹਾਂ, ਉਹਦੇ ਵਿੱਚ ਵੀ ਸਾਨੂੰ ਪ੍ਰੋਫਿਟ ਹੋ ਜਾਂਦਾ। ਮੀਨਸ ਕਿ ਅਗਰ ਅਸੀਂ 800 ਦੀ ਵੀ ਸਵੈਟਰ ਹੈਗੀ ਆ ਉਹਦੇ ਵਿੱਚ ਸਾਨੂੰ ਸਿਰਫ ਲਾਗਤ ਲੱਗਦੀ ਹੈ 400 ਰੁਪਈਆ ਔਰ ਡਬਲ ਉਹਦੇ ਵਿੱਚੋਂ ਸਾਨੂੰ ਇਨਕਮ ਮਿਲ ਜਾਂਦੀ ਹੈ। ਮੈਂ ਰਾਜੀਵ ਗਾਂਧੀ ਮਹਿਲਾ ਮੰਡਲ ਨਾਲ ਜੁੜੀ ਹੋਈ ਹਾਂ, ਮੈਂ ਉਹਨਾਂ ਦੇ ਨਾਲ ਅਟੈਚ ਹਾਂ। ਮੈਂ ਨੁੱਕੜ ਨਾਟਕ ਕੇ ਲੋਕਾਂ ਨੂੰ ਕੁੜੀਆਂ ਨੂੰ ਅਵੇਅਰਨੈਸ ਕਰਦੀ ਹਾਂ ਕਿ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ। ਬੇਟੀ ਅੱਜ ਕੱਲ੍ਹ ਦੇ ਮੁੰਡਿਆਂ ਦੇ ਨਾਲ ਸੇਮ ਹੀ ਹੈ ਕਿ ਜੇ ਮੁੰਡਾ ਕਰ ਸਕਦਾ ਤਾਂ ਕੁੜੀ ਵੀ ਕੁਛ ਨਾ ਕੁਛ ਕਰ ਸਕਦੀ ਹੈ, ਜੇ ਮੁੰਡਾ ਕੁਛ ਨਾ ਕੁਛ ਬਣ ਸਕਦਾ ਤਾਂ ਕੁੜੀ ਵੀ ਬਣ ਸਕਦੀ ਹੈ। ਇਸ ਕਰਕੇ ਮੈਂ ਇਹੀ ਕਹਿੰਦੀ ਹਾਂ ਕਿ ਕੁੜੀਆਂ ਨੂੰ ਪੜ੍ਹਾਓ, ਕੁੜੀਆਂ ਨੂੰ ਬਾਹਰ ਕੱਢੋ, ਕੁੜੀਆਂ ਨੂੰ ਮੁੰਡਿਆਂ ਵਰਗੇ ਸਮਾਨ ਦਿਓ ਤਾਂ ਕਿ ਉਹ ਅੱਗੇ ਵੱਧ ਕੇ ਕੁਛ ਨਾ ਕੁਛ ਆਪਣੇ ਪੈਰਾਂ 'ਤੇ ਸਟੈਂਡ ਹੋ ਕੇ ਕੁਛ ਨਾ ਕੁਛ ਬਣ ਸਕਣ, ਕੁਛ ਨਾ ਕੁਛ ਕਰ ਸਕਣ। ਸੋ ਦੋਸਤੋ, ਲੋੜ ਹੈ ਆਪਣੀ ਸੋਚ ਬਦਲਣ ਦੀ। ਜਿਸ ਤਰ੍ਹਾਂ ਇਹਨਾਂ ਬੀਬੀਆਂ ਨੇ ਸਰਦਾਰ ਅਮਰਦੀਪ ਸਿੰਘ ਚੀਮਾ ਮੈਂਬਰ ਮੈਨੇਜਮੈਂਟ ਬੋਰਡ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਯਤਨਾਂ ਸਦਕਾ ਵੱਖੋ ਵੱਖਰੇ ਕਿੱਤਿਆਂ ਦੇ ਵਿੱਚ ਆਪਣੀ ਮਹਾਰਤ ਹਾਸਲ ਕੀਤੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਗਾਏ ਜਾਂਦੇ ਸਮੇਂ 'ਤੇ ਜਿਹੜੇ ਕਿੱਤਾ ਮੁਖੀ ਕੋਰਸਾਂ ਦੇ ਵਿੱਚ ਭਾਗ ਲੈ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਯਤਨ ਕੀਤਾ। ਸੋ ਅਜਿਹੇ ਸਤਿਕਾਰਯੋਗ ਸ਼ਖਸੀਅਤਾਂ ਨੂੰ ਸਾਡਾ ਵੀ ਜਿਹੜਾ ਸਲਾਮ ਹੈ। ਭਾਅ ਜੀ, ਤੁਸੀਂ ਕਿਸਾਨ ਮੇਲੇ ਦੇ ਵਿੱਚ ਆਏ ਹੋ ਅਤੇ ਕਿਹੜੀ ਕਦੋਂ ਕਦੋਂ ਆ ਰਹੇ ਹੋ ਅਤੇ ਤੁਸੀਂ ਕਿਸਾਨ ਮੇਲਿਆਂ ਦਾ ਕਿੰਨਾ ਕੁ ਲਾਹਾ ਚੁੱਕ ਰਹੇ ਹੋ? ਅਸੀਂ ਜੀ ਹਰ ਸਾਲ ਆਉਂਦੇ ਤਕਰੀਬਨ ਮੇਲੇ, ਅਤੇ ਤਕਰੀਬਨ ਨਵੀਂ ਟੈਕਨੀਕ ਦਾ ਪਤਾ ਲੱਗਦਾ ਹੈ ਸਾਨੂੰ, ਨਵੇਂ ਬੀਜਾਂ ਦਾ, ਨਵੀਂ ਮਸ਼ੀਨਰੀ ਦਾ, ਅਤੇ ਜਿੱਦਾਂ ਕਿ ਅਸੀਂ ਸਾਨੂੰ ਯੂਨੀਵਰਸਿਟੀ ਦੇ ਜਿੱਦਾਂ ਹਦਾਇਤਾਂ ਕਰਦੀ ਉਵੇਂ ਕੰਮ ਕਰੀਏ ਤਾਂ ਆਪਣਾ ਖੇਤੀਬਾੜੀ ਲਾਭਵੰਦ ਧੰਦਾ ਬਣਾ ਸਕਦੇ ਹਾਂ। ਅੱਛਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਦੁਆਰਾ, ਡਾਕਟਰਾਂ ਦੁਆਰਾ, ਵਿਗਿਆਨੀਆਂ ਦੁਆਰਾ ਦੱਸੇ ਗਏ ਜਿਹੜੇ ਤਜਰਬੇ ਨੇ ਜਾਂ ਉਹਨਾਂ ਨੇ ਕੀਤੀਆਂ ਖੋਜਾਂ ਨੂੰ ਤੁਸੀਂ ਆਪਣੀ ਖੇਤੀ ਦੇ ਵਿੱਚ ਅਪਲਾਈ ਕਰਦੇ ਹੋ ਅਤੇ ਕਿੰਨਾ ਕੁ ਲਾਭ ਤੁਹਾਨੂੰ ਮਿਲਿਆ ਇਸ ਚੀਜ਼ ਦਾ? ਲਾਭ ਤਾਂ ਫੁੱਲ ਮਿਲਦਾ ਜੀ, ਝਾੜ ਪੂਰਾ ਨਿਕਲ ਜਾਂਦਾ, ਸਾਰਾ ਕੁਛ ਓਕੇ ਆ। ਅਸੀਂ ਕੋਈ 40 ਕਿੱਲੇ ਦੀ ਖੇਤੀ ਕਰਦੇ ਹਾਂ ਜੀ। ਅੱਜ ਮੇਲੇ ਵਿੱਚ ਬਹੁਤ ਵਧੀਆ ਚੀਜ਼ਾਂ ਵੇਖਣ ਨੂੰ ਮਿਲੀਆਂ। ਖੇਤੀ ਦੇ ਨਾਲ ਨਾਲ ਪਿੱਗਰ ਫਾਰਮ ਵੀ ਚਾਲੂ ਕੀਤਾ ਹੋਇਆ ਜੀ। ਮੈਂ ਪਿਛਲੇ ਸਾਲ 2 ਪਿੱਗਰਾਂ ਲੈਂਦੀਆਂ ਸੀਗੀਆਂ, ਹੁਣ ਮੇਰੇ ਕੋਲ 50 ਪਿੱਗਰਾਂ ਜੀ। ਜਿਸ ਤਰ੍ਹਾਂ ਕਿਸਾਨਾਂ ਨੂੰ ਆਪਾਂ ਜੇ ਕਹਿਣਾ ਚਾਹੀਏ ਕਿ ਉਹ ਬੇਸ਼ੱਕ ਖੇਤੀ ਨਵੀਆਂ ਖੋਜਾਂ ਦੇ ਹਿਸਾਬ ਨਾਲ ਕਰ ਰਹੇ ਨੇ, ਨਵੇਂ ਨਵੇਂ ਸੰਦ ਲੈ ਕੇ ਕਰ ਰਹੇ ਨੇ, ਪਰ ਨਾਲ ਦੀ ਨਾਲ ਤੁਸੀਂ ਕੀ ਸਮਝਦੇ ਹੋ ਵੀ ਉਹਨਾਂ ਨੂੰ ਸਹਾਇਕ ਧੰਦੇ ਵੱਲ ਆਉਣਾ ਚਾਹੀਦਾ? ਹਾਂਜੀ ਹਾਂਜੀ, ਸਹਾਇਕ ਧੰਦੇ ਵੱਲ ਆਉਣਾ ਚਾਹੀਦਾ ਜੀ। ਕਿਸਾਨ ਮੇਲੇ ਦੇ ਵਿੱਚ ਅਸੀਂ ਮਾਰਕਫੇਡ ਦੇ ਸਟਾਲ 'ਤੇ ਖੜ੍ਹੇ ਹਾਂ, ਸਾਡੇ ਨਾਲ ਬਲਜੀਤ ਸਿੰਘ ਹਾਜ਼ਰ ਨੇ। ਉਹਨਾਂ ਤੋਂ ਪੁੱਛਾਂਗੇ ਕਿ ਮਾਰਕਫੇਡ ਨੂੰ ਜਿਹੜਾ ਕਿਸਾਨਾਂ ਵੱਲੋਂ ਕਿਹੋ ਜਿਹਾ ਹੰਗਾਰਾ ਮਿਲ ਰਿਹਾ, ਕਿਉਂਕਿ ਇਹਦੇ ਜਿਹੜੇ ਮਕਦਾਰ ਨੇ ਇਹਦੀ ਗੁਣਵੱਤਾ ਕੀ ਮਾਰਕਫੇਡ ਨੇ ਉਹ ਆਪਣੀ ਕਾਇਮ ਰੱਖੀ ਹੋਈ ਹੈ। ਬਲਜੀਤ ਸਿੰਘ ਜੀ, ਸਵਾਗਤ ਹੈ ਤੁਹਾਡਾ। ਅਸੀਂ ਚਾਹਾਂਗੇ ਕਿ ਕਿਸਾਨਾਂ ਨੂੰ ਮਾਰਕਫੇਡ ਦੇ ਥੋੜ੍ਹੇ ਆਪਾਂ ਦੱਸ ਸਕੀਏ, ਕਿਉਂਕਿ ਵੈਸੇ ਤਾਂ ਕਿਸਾਨਾਂ ਤੱਕ ਪਹੁੰਚ ਪਹਿਲਾਂ ਹੀ ਬਹੁਤ ਆ ਮਾਰਕਫੇਡ ਦੀ, ਅਤੇ ਤੁਸੀਂ ਕੀ ਟੀਚਾ ਲੈ ਕੇ ਚੱਲੇ ਹੋ? ਅਸੀਂ ਜਿਹੜੇ ਮਾਰਕਫੇਡ ਦਾ ਮੁੱਢਲਾ ਟੀਚਾ ਆ ਉਹ ਇਹ ਸੀ ਕਿ ਜਿਹੜੀਆਂ ਚੀਜ਼ਾਂ ਪਹਿਲਾਂ ਤਾਂ ਖਾਣ ਪੀਣ ਵਾਲੀਆਂ ਜਿਹੜੀਆਂ ਮਿਆਰੀ ਸ਼ਹਿਰਾਂ 'ਚ ਵਿਕਦੀਆਂ ਸੀ ਉਹਨੂੰ ਪਿੰਡਾਂ ਤੱਕ ਲੈ ਕੇ ਜਾਣਾ। ਸੋ ਕੋਆਪਰੇਟਿਵ ਸੁਸਾਇਟੀਜ਼ ਦੇ ਰਾਹੀਂ
ਅਸੀਂ ਉਹ ਕੰਮ ਜਿਹੜਾ ਉਪਰਾਲਾ ਆ ਉਹ ਪਹਿਲਾਂ ਤੋਂ ਕਰ ਰਹੇ ਹਾਂ। ਔਰ ਹੁਣ ਜਿਵੇਂ ਕਿਸਾਨ ਮੇਲੇ ਆ, ਇੱਥੇ ਜਿਹੜੇ ਕਿਸਾਨ ਸਭਾਵਾਂ ਦੇ ਵਿੱਚ ਨਹੀਂ ਜਾਂਦੇ ਜਾਂ ਜਿਹੜੇ ਮੈਂਬਰ ਨਹੀਂ, ਉਹ ਵੀ ਇੱਥੇ ਆ ਕੇ ਸਾਡੇ ਜਿਹੜੇ ਮਿਆਰੀ ਪ੍ਰੋਡਕਟ ਆ ਉਹਨੂੰ ਦੇਖ ਸਕਦੇ ਆ। ਔਰ ਇੱਕ ਵਧੀਆ ਗੱਲ ਤੁਹਾਨੂੰ ਇਹ ਦੱਸਦਾ ਕਿ ਗੁਰਦਾਸਪੁਰ ਜ਼ਿਲ੍ਹਾ ਪੂਰੇ ਪੰਜਾਬ ਦੇ ਵਿੱਚੋਂ ਨੰਬਰ 1 'ਤੇ ਆ ਜੀ ਫੀਡ ਦੇ ਵਿੱਚ। ਸੋ ਸਾਡੇ ਦੋ ਪਲਾਂਟ ਨੇ ਗਿੱਦੜਬਾਹਾ ਅਤੇ ਕਪੂਰਥਲਾ, ਉਹਨਾਂ 'ਤੇ ਸਾਡੀ ਫੀਡ ਜਿਹੜੀ ਬਣਦੀ ਔਰ ਚੰਗੀ ਕੁਆਲਿਟੀ ਦਾ ਜਿਹੜਾ ਪ੍ਰੋਡਕਟ ਆ ਉਹ ਅਸੀਂ ਕਿਸਾਨਾਂ ਤੱਕ ਪਹੁੰਚਾ ਰਹੇ ਹਾਂ। ਹਾਂਜੀ ਬਾਬਾ ਜੀ, ਜਿਸ ਤਰ੍ਹਾਂ ਇਹ ਮੇਲਿਆਂ ਦੇ ਵਿੱਚ ਤੁਸੀਂ ਹੁੰਮ ਹੁਮਾ ਕੇ ਪੁੱਜਦੇ ਹੋ, ਤੁਸੀਂ ਅੱਜ ਬੂਟੇ ਲੈ ਕੇ ਚੱਲੇ ਹੋ ਅਤੇ ਬੀਜ ਵੀ ਲੈ ਕੇ ਚੱਲੇ ਹੋ, ਕਿੰਨੇ ਕੁ ਲਾਭਕਾਰੀ ਆ ਤੁਹਾਡੇ ਲਈ? ਪਹਿਲਾਂ ਵੀ ਬੜਾ ਫਾਇਦਾ ਜੀ, ਮੈਂ ਤਾਂ ਬਹੁਤ ਚਿਰ ਦਾ ਆਇਆ ਲੁਧਿਆਣੇ ਜਾਂਦਾ ਰਿਹਾ ਅਤੇ ਬੀਓ ਆਈ ਆਰ ਇੱਕ ਅਤੇ ਦੂਸਰਾ ਵੀ ਜਿਹੜਾ ਉਹ ਵੀ ਬਹੁਤ ਝੋਨਾ ਬਹੁਤ ਨਿਕਲਦਾ ਰਿਹਾ, ਕਣਕ ਬੜੀ ਨਿਕਲਦੀ ਰਹੀ ਆ ਅਤੇ ਬਹੁਤ ਸਮਝ ਲਿਆ ਮੈਂ ਤਾਂ ਵੀ ਤਰ ਗਿਆ ਇੱਥੇ ਆਉਣ ਨਾਲ। ਅੱਛਾ ਬਾਬਾ ਜੀ, ਤੁਸੀਂ ਕਣਕ ਝੋਨੇ ਦੀ ਗੱਲ ਕੀਤੀ, ਤੁਸੀਂ ਕਣਕ ਝੋਲੇ ਦੇ ਫਸਲੀ ਚੱਕਰ 'ਚ ਹੋ ਜਾਂ ਹੋਰ ਸਹਾਇਕ ਧੰਦਾ ਵੀ ਕਰਦੇ ਹੋ? ਕੋਈ ਇਹੋ ਹੀ ਗੱਲ ਕਣਕ 'ਚ ਹੋਰ ਕੋਈ। ਚੀਮਾ ਸਾਹਿਬ, ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਵੱਲੋਂ ਜਿਹੜਾ ਇਹ ਮੇਲੇ ਦਾ ਆਯੋਜਨ ਕੀਤਾ ਗਿਆ, ਕਿਹੋ ਜਿਹਾ ਹੁੰਗਾਰਾ ਮਿਲਿਆ ਤੁਹਾਨੂੰ ਅਤੇ ਤੁਸੀਂ ਕਿਸਾਨਾਂ ਦੇ ਵਿੱਚ ਕਿਹੋ ਜਿਹਾ ਉਤਸ਼ਾਹ ਵੇਖਿਆ? ਅੱਜ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਰੀਜਨਲ ਰਿਸਰਚ ਸਟੇਸ਼ਨ ਗੁਰਦਾਸਪੁਰ ਵਿੱਚ ਜੋ ਕਿਸਾਨ ਮੇਲਾ ਲਗਾਇਆ ਗਿਆ, ਇਹਦੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਦਾ ਵੀ ਯੋਗਦਾਨ ਰਿਹਾ, ਉਹ ਇੱਕ ਲਾਮਿਸਾਲ ਹੁੰਗਾਰਾ ਮੈਂ ਕਹੂੰਗਾ। ਲਗਭਗ 15,000 ਦੇ ਕੋਲ ਕ੍ਰੋਸ ਕਰਕੇ ਕਿਸਾਨ ਜਿਹੜੇ ਅੱਜ ਆਏ ਨੇ, ਔਰ ਜਿਸ ਤਰ੍ਹਾਂ ਦੇ ਲੋਕਾਂ ਨੇ ਸਵਾਲ ਪੁੱਛੇ, ਜੋ ਤਕਨੀਕੀ ਮੁਸ਼ਕਲਾਂ ਉਹਨਾਂ ਨੂੰ ਆਈਆਂ, ਉਹਨਾਂ ਦਾ ਬਹੁਤ ਅੱਜ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਔਰ ਕਿਸਾਨ ਬਹੁਤ ਕੁਝ ਸਿੱਖ ਕੇ ਗਏ ਨੇ। ਇਹਦੇ ਵਿੱਚ ਜਿਹੜਾ ਪਾਣੀ ਜ਼ਿਆਦਾ ਕੰਜ਼ਿਊਮ ਕਰਨ ਵਾਲੀਆਂ ਫਸਲਾਂ ਸੀਗੀਆਂ, ਝੋਨਾ ਬਾਸਮਤੀ, ਉਹਦੇ ਉੱਤੇ ਨਵੀਆਂ ਫਸਲਾਂ ਜਿਹੜੀਆਂ ਆਈਆਂ ਨੇ, ਸਾਡੇ ਰਿਸਰਚ ਹੋਈ ਹੈ 126-127, ਉਹਦਾ ਸਾਰਾ ਡੈਮੋਸਟ੍ਰੇਸ਼ਨ ਦਿੱਤਾ। ਦੂਸਰਾ ਜਿਹੜਾ ਕਣਕ ਦੇ ਉੱਤੇ ਸੀਗਾ, 343 ਉੱਨਤ ਵਰਾਇਟੀ ਹੈ, ਮੈਂ ਦੋ ਦੇ ਨਾਂ ਤਾਂ ਲਏ ਨੇ ਕਿ ਗਲੋਬਲ ਲੈਵਲ ਦੇ ਉੱਤੇ ਇਹ ਚੀਜ਼ਾਂ ਜਾਂਦੀਆਂ। ਇੱਕ ਗਲੂਟਨ ਫਰੀ ਹੈ, ਇੱਕ ਦੇ ਵਿੱਚ ਸਟਾਰਚ ਦੀ ਮਾਤਰਾ ਅਸੀਂ ਇੰਪਰੂਵ ਕੀਤੀ ਹੈ। ਜਿਹੜੀ ਦੁਨੀਆ 'ਚ ਇੰਨੀ ਪ੍ਰਸੀਜ਼ਨ ਫਾਰਮਿੰਗ ਨਹੀਂ ਹੁੰਦੀ ਜਿੰਨੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਰਨ ਜਾ ਰਹੀ ਹੈ ਹੁਣ, ਔਰ ਕਰ ਵੀ ਰਹੀ ਹੈ। ਸਾਡੇ ਜਿਹੜੇ ਬਹੁਤ ਡੂੰਘੇ ਵਿਗਿਆਨੀ ਸਨ, ਉਹਨਾਂ ਨੇ ਅੱਜ ਮੇਰੀ ਹਾਜ਼ਰੀ 'ਚ ਇੱਥੇ ਉਹਨਾਂ ਦੇ ਮੈਨੂੰ ਵੀ ਸੁਣਨ ਦੇ ਵਿਚਾਰ ਮੌਕਾ ਮਿਲਿਆ ਔਰ ਕਿਸਾਨਾਂ ਨਾਲ ਗੱਲਬਾਤ ਕਰਨ ਦਾ ਵੀ। ਸਾਡੇ ਜਿਹੜੇ ਡੈਮੋ ਫਾਰਮ ਲੱਗੇ ਸਨ, ਲਗਭਗ 16 ਕਿਸਮ ਦੀਆਂ ਕਣਕ ਦੀਆਂ ਵਰਾਇਟੀਆਂ ਸੀ, ਉਹਦੇ ਨਾਲ ਵੀ ਬਹੁਤ ਲੋਕਾਂ ਦੀਆਂ ਅੱਖਾਂ ਖੁੱਲ੍ਹੀਆਂ। ਦੂਸਰੀ ਗੱਲ ਇਹ ਆ ਕਿ ਜਿਹੜਾ ਗੁਰਦਾਸਪੁਰ ਰਿਸਰਚ ਸਟੇਸ਼ਨ ਹੈ, ਇਹਦੇ ਵਿੱਚ 4 ਤਰ੍ਹਾਂ ਦੀ ਵਰਾਇਟੀ ਆਉਂਦੀ ਹੈ। ਇੱਕ ਇਹਦੇ ਵਿੱਚ ਅਪਰ ਗੁਰਦਾਸਪੁਰ ਕਹਿ ਲਈਏ ਉਹਨੂੰ, ਉਹਦੇ ਵਿੱਚ ਫਲ ਫਰੂਟ ਨੇ, ਵਿਚਕਾਰ ਦੇ ਵਿੱਚ ਗੰਨਾ ਹੈ ਬਹੁਤ ਜ਼ਿਆਦਾ, ਕੁਛ ਪਾਰਟ ਦੇ ਵਿੱਚ ਸਬਜ਼ੀ ਜਿਹੜੀ ਹੈ ਸਾਡੀ ਅੰਮ੍ਰਿਤਸਰ ਤੋਂ ਲੈ ਕੇ ਅਸੀਂ ਜੰਮੂ ਕਸ਼ਮੀਰ ਤੱਕ ਕੇਟਰ ਕਰਦੇ ਹਾਂ। ਦੈਨ ਉਸ ਤੋਂ ਬਾਅਦ ਚੌਥੀ ਰਵਾਇਤੀ ਸਾਡੀ ਕਣਕ ਝੋਨੇ ਦੀ ਹੈ। ਇਹ 4 ਹਿੱਸਿਆਂ 'ਚ ਇਹ ਇੱਕੋ ਇੱਕ ਰਿਸਰਚ ਸਟੇਸ਼ਨ ਹੈ ਜਿਹਦੇ ਵਿੱਚ 4 ਤਰ੍ਹਾਂ ਦੀਆਂ ਕਿਸਾਨੀ ਵਿਗਿਆਨੀਆਂ ਦਾ ਅੱਜ ਸੁਮੇਲ ਹੋਇਆ। ਇਸ ਮੌਕੇ ਰਾਜੀਵ ਗਾਂਧੀ ਮਹਿਲਾ ਮੰਡਲ ਨੇ ਜਿਹੜੇ 120 ਦੇ ਕਰੀਬ ਅਸੀਂ ਇਸਟੈਬਲਿਸ਼ ਕੀਤੇ ਸੀ ਲਗਭਗ 2011 ਸਾਲ ਦੇ ਵਿੱਚ, ਉਹਨਾਂ ਦਾ ਜੋ ਆਪਣੀ ਆਰਥਿਕਤਾ ਨੂੰ ਸੁਧਾਰਨ ਦਾ ਮੌਕਾ ਮਿਲਿਆ ਔਰ ਉਹਨਾਂ ਨੇ ਸੁਧਾਰੀ ਹੈ, ਉਹ ਅੱਜ ਉਹਨਾਂ ਦਾ ਜਦੋਂ ਉਹਨਾਂ ਨੂੰ ਖੜ੍ਹੇ ਹੋ ਕੇ ਲੋਕਾਂ ਨਾਲ ਇੰਟਰੋਡਿਊਸ ਕਰਾਇਆ, ਜਿਸ ਤਰ੍ਹਾਂ ਦਾ ਲੋਕਾਂ ਨੇ ਹੁਲਾਰਾ ਦਿੱਤਾ, ਉਹ ਚਾਨਣ ਮੁਨਾਰਾ ਸਾਬਤ ਹੋਈਆਂ ਨੇ ਉਹ ਬੀਬੀਆਂ। ਕਿਉਂਕਿ ਹਰ ਇੱਕ ਬੀਬੀ ਲਗਭਗ 20 ਸੈਲਫ ਹੈਲਪ ਗਰੁੱਪਾਂ ਨੂੰ ਇੰਚਾਰਜ ਹੈ ਉਹਦੀ, ਔਰ ਉਹਨਾਂ ਦਾ ਬਹੁਤ ਜਿਸ ਤਰ੍ਹਾਂ ਮੈਂ ਸਮਝਾਂਗਾ ਲੋਕਾਂ ਦਾ ਵਡੱਪਣ ਆ ਔਰ ਲੋਕਾਂ ਦੀ ਰਿਸੈਪਟੇਬਿਲਟੀ ਆ ਜਿਹੜੀ ਉਹਨਾਂ ਨੇ ਉਹਨਾਂ ਨੂੰ ਨਾਲ ਜੋੜ ਕੇ ਉਹਨਾਂ ਨੂੰ ਸ਼ਲਾਘਾ ਕੀਤੀ, ਉਹਨਾਂ ਨੇ ਸਹਾਇਕ ਧੰਦੇ ਅਪਣਾਏ ਔਰ ਉਹਨਾਂ ਦੇ ਕਾਫੀ ਪੈਸੇ ਉਹਨਾਂ ਨੇ ਕਮਾਏ ਨੇ ਔਰ ਲੋਕ ਉਹਨਾਂ ਨੂੰ ਫੋਲੋ ਕਰਨਾ ਚਾਹੁੰਦੇ ਨੇ।
ਚੀਮਾ ਸਾਹਿਬ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਕਿ ਮਰਦ ਪ੍ਰਧਾਨ ਸਮਾਜ ਦੇ ਵਿੱਚ ਜਿਹੜੀਆਂ ਔਰਤਾਂ ਨੂੰ ਵੀ ਸਹਾਇਕ ਧੰਦਿਆਂ ਨਾਲ ਜੁੜਨਾ ਚਾਹੀਦਾ, ਤੁਸੀਂ ਉਹਨਾਂ ਔਰਤਾਂ ਨੂੰ ਜਿਨ੍ਹਾਂ ਨੇ ਇਸ ਖੇਤਰ ਦੇ ਵਿੱਚ ਮਹਾਰਤ ਵੀ ਹਾਸਲ ਕੀਤੀ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਜਿਹੜੇ ਉਹ ਸਹਾਇਕ ਧੰਦਿਆਂ ਦੇ ਬਕਾਇਦਾ ਕੋਰਸ ਵੀ ਕੀਤੇ ਨੇ, ਕੀ ਕਹਿਣਾ ਚਾਹੋਗੇ ਜਿਹੜੀਆਂ ਔਰਤਾਂ ਇਸ ਪਾਸੇ ਵੱਲ ਆਉਣਾ ਚਾਹੁੰਦੀਆਂ ਨੇ? ਮੈਂ ਇਹ ਕਹਿਣਾ ਚਾਹੂੰਗਾ ਕਿ ਪਹਿਲਾਂ ਇਹ ਬੜੀ ਦੂਰ ਦੀ ਗੱਲ ਲੱਗਦੀ ਸੀ। ਜਿਸ ਕਿਸੇ ਨੂੰ ਕੋਈ ਲੱਗਦਾ ਹੈ ਕਿ ਇਹ ਪੋਸੀਬਲ ਨਹੀਂ ਹੈ, ਉਹ ਲਗਭਗ 2200 ਦੇ ਕੋਲ ਯੰਗ ਲੇਡੀ ਨੇ ਔਰ ਉਹ ਹਰ ਕਿਸੇ ਚੀਜ਼ 'ਚ ਮਹਾਰਤ ਹਾਸਲ ਕੀਤੀ ਹੈ ਉਹਨਾਂ ਨੇ, ਉਹ ਚਾਨਣ ਮੁਨਾਰਾ ਨੇ ਉਹਨਾਂ ਲਈ, ਉਹਨਾਂ ਨੂੰ ਮਿਲਣ ਔਰ ਉਹ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਨੇ ਔਰ ਉਹਨਾਂ ਨੂੰ ਗਾਈਡ ਵੀ ਕਰਨਗੇ। ਅਸੀਂ ਉਹਨਾਂ ਨੂੰ PAU ਦੇ ਥਰੂ ਟ੍ਰੇਨਿੰਗ ਕਰਾਈ, ਫਿਰ ਮੈਂ LIC ਦੇ ਬੋਰਡ ਮੈਂਬਰ ਹੋਣ ਦੇ ਨਾਤੇ ਇੱਕ ਅਸੀਂ ਨਵੇਕਲਾ ਪ੍ਰੋਗਰਾਮ, ਮਾਨਯੋਗ ਫਾਈਨੈਂਸ ਮਿਨਿਸਟਰ ਸੀਗੇ ਕੰਟਰੀ ਦੇ, ਫਿਰ ਰਾਸ਼ਟਰਪਤੀ ਬਣੇ ਪ੍ਰਣਬ ਮੁਖਰਜੀ ਸਾਹਿਬ, ਉਹਨਾਂ ਕੋਲੋਂ ਸਪੈਸ਼ਲ ਪ੍ਰੋਗਰਾਮ ਸੈਂਕਸ਼ਨ ਕਰਾ ਕੇ ਇਹਨਾਂ ਦੀ ਟ੍ਰੇਨਿੰਗ ਕਰਾਈ ਔਰ ਮੈਨੂੰ ਬੜਾ ਮਾਣ ਹੁੰਦਾ ਕਿ ਉਹ ਸਾਰੀਆਂ ਦੀਆਂ ਸਾਰੀਆਂ ਇੰਪਲੋਇਡ ਨੇ ਔਰ ਉਹਨਾਂ ਨੇ ਆਪਣੇ ਨਾਲ ਸੈਲਫ ਇੰਪਲੋਇਮੈਂਟ ਵੀ ਜਨਰੇਟ ਕੀਤੀ ਹੈ ਪਿੰਡ ਪੱਧਰ 'ਤੇ। ਉਸ ਤੋਂ ਬਾਅਦ ਉਹਨਾਂ ਨੇ ਮਾਈਕਰੋ ਐਗਰੀਕਲਚਰ ਦੇ ਵਿੱਚ ਅਤੇ ਪ੍ਰਾਇਮਰੀ ਐਗਰੀਕਲਚਰ ਦੇ ਅਚਾਰ ਮੁਰੱਬਾ ਚਟਨੀਆਂ ਆਪਣੇ ਲੋਕਲ ਲੈਵਲ 'ਤੇ ਬਹੁਤ ਵਧੀਆ ਉਹਨਾਂ ਨੇ ਕਾਰੋਬਾਰ ਸ਼ੁਰੂ ਕੀਤਾ। ਤੁਸੀਂ ਕਿਸਾਨ ਮੇਲਿਆਂ ਦਾ ਮਨੋਰਥ ਲੈ ਕੇ ਚੱਲੇ ਹੋ, ਕਿਸਾਨਾਂ ਤੱਕ ਜਿਹੜੀਆਂ ਨਵੀਆਂ ਤਕਨੀਕਾਂ ਨਵੀਆਂ ਖੋਜਾਂ ਨੂੰ ਲੈ ਕੇ ਆਏ ਹੋ ਅਤੇ ਨਵਾਂ ਉਤਸ਼ਾਹ ਵੀ ਕਿਸਾਨਾਂ ਦੇ ਵਿੱਚ ਵੇਖਣ ਨੂੰ ਮਿਲਿਆ, ਕਿੰਨਾ ਕੁ ਹੁੰਗਾਰਾ ਵੇਖ ਰਹੇ ਹੋ ਤੁਸੀਂ? ਦੇਖੋ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਿੰਨੀਆਂ ਤਕਨੀਕਾਂ ਰੈਕਮੈਂਡੇਸ਼ਨਸ ਨੇ, ਜਿੰਨੀਆਂ ਵਰਾਇਟੀਜ਼ ਨੇ ਜੋ ਅਸੀਂ ਵਿਕਸਿਤ ਕਰਦੇ ਹਾਂ, ਉਹਨਾਂ ਦਾ ਤਾਂ ਹੀ ਫਾਇਦਾ ਜੀ ਉਹ ਕਿਸਾਨਾਂ ਤੱਕ ਪਹੁੰਚਣ। ਸੋ ਕਿਸਾਨਾਂ ਤੱਕ ਉਹ ਸਾਰੀਆਂ ਤਕਨੀਕਾਂ ਨੂੰ ਪਹੁੰਚਾਉਣ ਲਈ ਕਿਸਾਨ ਮੇਲੇ ਨੇ ਸਭ ਤੋਂ ਵੱਡਾ ਮਾਧਿਅਮ ਹੈ ਔਰ ਇਹ ਜੋ ਮੇਲੇ ਨੇ ਹਾੜੀ ਅਤੇ ਸੌਣੀ ਦੇ ਵਿੱਚ PAU ਵੱਲੋਂ ਆਯੋਜਿਤ ਕੀਤੇ ਜਾਂਦੇ ਨੇ ਸਾਡੀ ਯੂਨੀਵਰਸਿਟੀ ਵਿਖੇ ਔਰ ਉਸਦੇ ਵੱਖ ਵੱਖ ਜਿਹੜੇ ਕੇਂਦਰ ਨੇ ਉਹਨਾਂ ਦੇ ਜਿਹੜੇ ਸਥਾਪਿਤ ਨੇ ਉਹਨਾਂ ਵਿਖੇ ਸਾਰੇ ਸਾਡੇ ਕਿਸਾਨ ਮੇਲੇ ਲਗਾਏ ਜਾਂਦੇ ਨੇ। ਇਸ ਵਾਰ ਜਿਹੜੇ ਕਿਸਾਨ ਮੇਲੇ ਨੇ, ਸਾਡਾ ਪਹਿਲਾ ਮੇਲਾ ਲੱਗਿਆ ਸੀ ਬੱਲੋਵਾਲ ਸੌਂਕੜੀ 6 ਤਰੀਕ ਨੂੰ ਔਰ ਉਸ ਤੋਂ ਬਾਅਦ 8 ਤਰੀਕ ਨੂੰ ਮੇਲਾ ਲੱਗਿਆ ਸੀ ਸਾਡਾ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਔਰ ਉਸ ਤੋਂ ਬਾਅਦ ਜਿਹੜਾ 8 ਤਰੀਕ ਨੂੰ ਇੱਕ ਮੇਲਾ ਲੱਗਿਆ ਸੀ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਔਰ 19 ਤਰੀਕ ਨੂੰ ਮੇਲਾ ਇਹ ਲੱਗੇਗਾ ਸਾਡਾ ਰੌਣੀ ਪਟਿਆਲਾ ਵਿਖੇ ਔਰ ਜਿਹੜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਮੁੱਖ ਮੇਲਾ ਉਹ 23-24 ਤਰੀਕ ਨੂੰ PAU ਵਿਖੇ ਲੱਗੇਗਾ ਔਰ 27 ਤਰੀਕ ਨੂੰ ਬਠਿੰਡੇ ਵਿਖੇ ਇਹ ਮੇਲਾ ਆਯੋਜਿਤ ਕੀਤਾ ਜਾਵੇਗਾ। ਸੋ ਟੋਟਲ 6-7 ਮੇਲੇ ਜਿੰਨੇ ਅਸੀਂ ਹਰ ਸਾਲ ਸੌਣੀ ਅਤੇ ਹਾੜੀ ਦੇ ਵਿੱਚ ਲਗਾਉਂਦੇ ਹਾਂ। ਸੋ ਇਹਨਾਂ ਮੇਲਿਆਂ ਦੇ ਰਾਹੀਂ ਸਾਨੂੰ ਹਮੇਸ਼ਾ ਤਾਂਘ ਰਹਿੰਦੀ ਹੈ ਕਿ ਵੱਧ ਤੋਂ ਵੱਧ ਕਿਸਾਨ ਵੀਰ ਕਿਸਾਨ ਬੀਬੀਆਂ ਮੇਲਿਆਂ ਦੇ ਵਿੱਚ ਪਹੁੰਚਣ ਔਰ ਇਸ ਮੇਲਿਆਂ ਦੇ ਜ਼ਰੀਏ ਅਸੀਂ ਖੇਤੀਬਾੜੀ ਦੇ ਨਾਲ ਜੋ ਸੰਬੰਧਿਤ ਡਿਪਾਰਟਮੈਂਟ ਨੇ ਉਹਨਾਂ ਦੀਆਂ ਐਗਜੀਬਿਸ਼ਨਸ ਨੇ, ਉਹ ਪ੍ਰਦਰਸ਼ਨੀਆਂ ਲੱਗਦੀਆਂ ਨੇ, ਚਾਹੇ ਉਹ ਇੰਡਸਟਰੀ ਐਗਜੀਬਿਸ਼ਨ ਆ, ਚਾਹੇ ਉਹ ਸਾਡੀ ਖੇਤੀਬਾੜੀ ਦੀ ਆ ਔਰ ਚਾਹੇ ਅਸੀਂ ਕੋਈ ਸੀਡ ਉਪਲਬਧ ਕਰਾਉਣਾ ਫਾਰਮਰਸ ਨੂੰ, ਉਹ ਸਾਰੇ ਮੇਲਿਆਂ ਦੇ ਵਿੱਚ ਆ ਕੇ ਕਿਸਾਨ ਵੀਰ ਖਰੀਦਦੇ ਨੇ ਔਰ ਉਹਨਾਂ ਦੇ ਮਨੋਰੰਜਨ ਲਈ ਅਸੀਂ ਰੰਗਾਰੰਗ ਪ੍ਰੋਗਰਾਮ ਦਾ ਵੀ ਪ੍ਰਬੰਧ ਕਰਦੇ ਹਾਂ ਤਾਂ ਕਿ ਕੁਛ ਬੋਰੀਅਤ ਫੀਲ ਨਾ ਹੋਵੇ ਔਰ ਇਹ ਜੇ ਮੇਲੇ ਨੇ ਸਾਡੇ PAU ਵੱਲੋਂ ਆਯੋਜਿਤ ਕੀਤੇ ਜਾਂਦੇ ਨੇ, ਇਹਨਾਂ ਮੇਲਿਆਂ ਦੀ ਜਿਹੜੀ ਲੋਕ ਮੇਲੇ ਨੇ ਸਾਡੇ ਪੰਜਾਬ ਦੇ ਵਿੱਚ ਆਲਰੇਡੀ ਲੱਗਦੇ ਨੇ, ਕੋਈ ਕਿਤੇ ਲੱਗ ਰਿਹਾ ਕੋਈ ਕਿਤੇ ਲੱਗ ਰਿਹਾ, ਉਹਨਾਂ ਤੋਂ ਅਹਿਮੀਅਤ ਇਸ ਮੇਲਿਆਂ ਦੀ ਬਿਲਕੁਲ ਘੱਟ ਨਹੀਂ, ਬਰਾਬਰ ਅਹਿਮੀਅਤ ਆ। ਜ਼ਿਮੀਂਦਾਰ ਭਰਾ ਔਰ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਜਿਹੜੇ ਖੇਤੀਬਾੜੀ ਨਹੀਂ ਵੀ ਕਰਦੇ, ਉਹ ਸਾਡੇ ਮੇਲਿਆਂ ਦੇ ਵਿੱਚ ਹੁੰਮ ਹੁੰਮ ਆ ਕੇ ਪਹੁੰਚਦੇ ਨੇ। ਅਸੀਂ ਇਹੀ ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਬਾਕੀ ਮੇਲੇ ਰਹਿੰਦੇ ਨੇ ਪਟਿਆਲਾ ਵਿਖੇ ਔਰ ਲੁਧਿਆਣਾ ਵਿਖੇ ਅਤੇ ਬਠਿੰਡਾ ਵਿਖੇ 3 ਮੇਲੇ ਰਹਿੰਦੇ ਨੇ ਔਰ 3 ਵਿੱਚ ਹੁੰਮ ਹੁੰਮਾ ਕੇ ਪਹੁੰਚਣ, ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਖੇਤੀ ਭਰਪੂਰ ਜਾਣਕਾਰੀ ਦੇਈਏ, ਮਨੋਰੰਜਨ ਵੀ ਕਰੀਏ ਉਹਨਾਂ ਦਾ ਔਰ ਜੋ ਨਵੇਂ ਬੀਜ ਨਿਕਲਣਗੇ ਉਹ ਸਾਰੇ ਅਸੀਂ ਉਹਨਾਂ ਨੂੰ ਮੁਹੱਈਆ ਕਰਵਾਈਏ।